ਬਾਬੇ ਉਹ ਤੁਹਾਨੂੰ ਪਤਾ ਹੈ ਨਾ ਸੀਜ਼ਨ ਦਾ ਪੂਰਾ ਜ਼ੋਰ ਚੱਲੀ ਜਾਂਦਾ ਤੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਲੋੜ ਤੋਂ ਵੱਧ ਸਾਨੂੰ ਇੰਨੀ ਆਸ ਨਹੀਂ ਸੀ ਜਿੰਨਾ ਪਿਆਰ ਦੇਈ ਜਾਂਦੇ ਆ ਸਿਸਟਮ ਆਪਾਂ ਮਾਛੀਵਾੜੇ ਸਾਹਿਬ ਭੇਜਣਾ ਗਾ ਮੇਰੇ ਖਿਆਲ ਚ ਲੁਧਿਆਣੇ ਦੇ ਕੋਲੇ ਰਹਿ ਜਾਂਦਾ ਨਾ ਇਹਨੂੰ ਜਾਣਾ ਮੈਂ ਹੁਣ ਕੋਰੀਅਰ ਕਰਾ ਕੇ ਆਊਂਗਾ ਸਾਰਾ ਪ੍ਰੋਸੈਸ ਵੀ ਦਿਖਾਵਾਂਗੇ ਤੁਹਾਨੂੰ ਨਾ ਵੀ ਕਿਵੇਂ ਕਿਵੇਂ ਕੋਰੀਅਰ ਹੁੰਦਾ ਗਾ ਤੇ ਸਭ ਤੋਂ ਵੱਡੀ ਗੱਲ ਕੀ ਆ ਨਾ ਜਿਹੜੇ ਦੂਰ ਬਾਈ ਬੁਕਿੰਗ ਕਰਵਾਉਂਦੇ ਆ ਜਾਂ ਸਾਥੋਂ ਦੂਰ ਡੈਕ ਮੰਗਾਉਣਾ ਚਾਹੁੰਦੇ ਉਹਨਾਂ ਨੂੰ ਇਹ ਸੋਚ ਹੁੰਦੀ ਆ ਵੀ ਅਸੀਂ ਫਿੱਟ ਕਿਵੇਂ ਕਰਾਂਗੇ ਫੀਟਿੰਗ ਦਾ ਸਭ ਤੋਂ ਵੱਡਾ ਇਸ਼ੂ ਹੁੰਦਾ ਇਹ ਹੋਣਾ ਵੀ ਚਾਹੀਦਾ ਕਿ ਉਹ ਮਹਿੰਗੀਆਂ ਚੀਜ਼ਾਂ ਬਾਬੇ 30-30 ਹਜ਼ਾਰ ਦੇ ਸੈੱਟ ਆ ਇਹ ਤੇ ਫੀਟਿੰਗ ਦਾ ਬਾਬੇ ਆਪਣੇ ਡੈਕਾਂ ਦਾ ਸਭ ਤੋਂ ਸੌਖਾ ਕੰਮ ਆ ਵੀ ਅਗਲਾ ਉਲਝਦਾ ਹੁੰਦਾ ਤਾਰਾਂ 'ਚ ਹੁਣ ਆਹ ਦੇਖੋ ਆਹ ਡੈਕ ਹੁਣ ਮੰਨ ਲਓ ਹੋਰ ਦੁਕਾਨਾਂ ਵਾਲੇ ਭੇਜ ਦਿੰਦੇ ਹੈਗੇ ਜਾਣੀ ਕਿ ਜਿਵੇਂ ਹੁਣ ਇੱਕ ਡੈਕ ਦੇ ਤਾਂ ਇੱਕ ਪੇਟੀ ਅਗਲੀ ਦੀ ਕੋਰੀਅਰ ਕਰਾਉਣ ਦਾ ਚਾਹੇ ਅਗਲਾ ਬੱਸ ਤੇ ਰੱਖ ਦਿੰਦਾ ਨਾ ਦੋ ਚੀਜ਼ਾਂ ਭੇਜ ਦਿੰਦਾ ਤੇ ਆਹ ਹੁਣ ਜਿਹੜੀਆਂ ਤਾਰਾਂ ਨੇ ਬਾਈ ਨੇੜੇ ਕਰਕੇ ਦਿਖਾਈ ਹੁਣ ਆਹ ਤਿੰਨ ਤਾਰਾਂ ਪਾਈਆਂ ਪਈਆਂ ਇਸ ਬੰਦਾ ਬੰਦੇ ਦੇ ਹਿਸਾਬ 'ਚ ਹੀ ਨਹੀਂ ਆਉਂਦਾ ਹੁਣ ਆਪਣੇ ਆਮ ਜੱਟ ਬੂਟ ਭਾਈ ਆ ਸਾਰੇ ਹਨਾ ਉਹਨਾਂ ਦੇ ਹਿਸਾਬ 'ਚ ਹੀ ਨਹੀਂ ਆਉਂਦਾ ਵੀ ਇਹ ਕਿਹੜੀ ਤਾਰ ਕਾਹਤੇ ਲਾਈਏ ਕਿਹੜੀ ਕਾਹਤੇ ਲਾਈਏ ਨਾ ਉਲਝ ਜਾਂਦੇ ਹੈਗੇ ਅੱਧੇ ਬੰਦੇ ਤਾਂ ਡੈਕ ਜਾਣੀ ਕਿ ਨਵੇਂ ਹੀ ਖਰਾਬ ਕਰ ਲੈਂਦੇ ਹੈਗੇ ਮੱਚ ਜਾਂਦੇ ਤਾਰਾਂ ਗਲਤ ਲਾਉਂਦੇ ਆਪਣੇ ਡੈਕ 'ਚ ਇਹ ਕੰਮ ਕੁਛ ਨਹੀਂ ਹੁੰਦਾ ਠੀਕ ਆ ਕੱਲਾ ਤੁਸੀਂ ਆ ਪੇਟੀ ਜਿਹੜਾ ਬਲਸਾ ਫਿੱਟ ਕਰਾਉਣਾ ਬੈਲਟ ਵਾਲਾ ਮਿਸਤਰੀ ਕਰ ਦਿੰਦਾ ਇਹ ਕੰਮ ਦੇਖੋ ਸੌਖਾ ਗਾ ਇਹਦਾ ਬੈਲਟ ਵਾਲੇ ਖਰਾਦ ਵਾਲੇ ਬੰਦੇ ਦਾ ਕੰਮ ਹੁੰਦਾ ਉਹ ਪੱਤੀਆਂ ਲਾ ਕੇ ਇਹਨੂੰ ਫਿੱਟ ਕਰ ਦੂ ਹਨਾ ਉਦੋਂ ਬਾਅਦ ਜਿਹੜਾ ਡੈਕ 'ਚ ਕੰਮ ਆ ਬਾਬੇ ਆਪਾਂ ਜਮਾਂ ਜੈਨੂਅਨ ਕਰਿਆ ਹੋਇਆ ਆਹ ਦੇਖੋ ਆਹ ਕਿੱਡੀ ਤਾਰ ਦਿੰਦੀ ਹੈ ਤੁਹਾਨੂੰ ਠੀਕ ਆ ਪਹਿਲਾਂ ਤਾਂ ਆਪਾਂ ਸੁੱਚ ਨਾਲ ਲਾ ਕੇ ਦਿੰਦੇ ਹਾਂ ਆਹ ਦੇਖੋ ਆਪਾਂ ਹੀ ਦਿਖਾ ਨੇੜੇ ਕਰਕੇ ਆਹ ਦੇਖੋ ਆਹ ਸੁੱਚ ਉਰੇ ਲਾਈ ਪਈ ਆ ਜਿੱਥੇ ਆਹ ਡੈਕ ਫਿੱਟ ਹੋਊਗਾ ਉੱਥੇ ਸੁੱਚ ਲੱਗ ਜਾਊ ਤੇ ਪੇਟੀ ਦੇ ਇੱਧਰੋਂ ਦੋ ਪਲੱਗ ਇਹ ਨਾ ਪੁੱਠੇ ਪੈਣ ਕਿਸੇ ਹਿਸਾਬ 'ਤੇ ਨਹੀਂ ਪੁੱਠੇ ਪੈਂਦੇ ਸਾਵੇਂ ਪਲੱਗ 'ਚ ਸਾਵਾਂ ਪੈਂਦਾ ਹੁੰਦਾ ਆਹ ਦੇਖੋ ਇੱਕ ਮਿੰਟ ਤੁਹਾਨੂੰ ਮੈਂ ਇੱਧਰ ਲਾ ਗਲਤ ਪਾਈ ਜਾਂਦੇ ਪਾ ਕੇ ਦਿਖਾ ਦਈਏ ਤੁਹਾਨੂੰ ਇੱਕ ਮਿੰਟ ਇਹ ਆਹ ਦੇਖੋ ਇਹ ਪੁੱਠਾ ਪੈਂਦੀ ਨਹੀਂ ਉਹ ਦੇਖੋ ਮੈਂ ਪੁੱਠਾ ਪਾਈ ਜਾਂਦਾ ਸੀ ਇੱਧਰਲੇ ਉੱਧਰਲੇ 'ਚ ਪੈਂਦਾ ਹੀ ਨਹੀਂ ਹੁੰਦਾ ਕਿੰਨੇ ਜ਼ੋਰ ਲਾ ਲਏ ਵੀ ਆਹ ਪਲੱਗ ਤਾਂ ਪਏ ਜਾਣਗੇ ਓਕੇ ਕੰਮ ਉਦੋਂ ਬਾਅਦ ਆਪਾਂ ਆਹ ਜਾਲ ਨਹੀਂ ਭੇਜਦੇ ਅਗਲੇ ਨੂੰ ਉਲਝਣ ਵਾਲਾ ਕੰਮ ਜਮੀ ਨਹੀਂ ਕਰਦੇ ਸੌਖਾ ਕਰਿਆ ਹੋਇਆ ਹੈਗਾ ਇੱਕ ਤਾਰ ਤਾਂ ਤੁਸੀਂ ਆਹ ਦੇਖੋ ਵੀ ਹੈਗੀ ਹੈਗੀ ਆਹ 2 ਕੁ ਮੀਟਰ ਦੀ ਇਹ ਤਾਰ ਆ ਜਿਹੜੀ 2 ਕੁ ਮੀਟਰ ਦੀ ਇਹ ਤਾਂ ਲੱਗੂਗੀ ਟਰੈਕਟਰ ਦੀ ਸੀਟ ਕੋਲੇ ਅਰਥ ਤੇ ਨਟ ਤੇ ਜਾਣੀ ਕਿ 13 ਨੰਬਰ ਦਾ ਕੋਈ ਵੀ ਨਟ ਖੋਲ੍ਹ ਕੇ ਉੱਥੇ ਤੁਸੀਂ ਲਾ ਸਕਦੇ ਹੋ ਮਗਰਾਟ 'ਚ ਨਹੀਂ ਲਾਉਣਾ ਇਹਨੂੰ ਇਹਨੂੰ ਹਿੱਸੇ 'ਚ ਲਾਉਣਾ ਸੀਟ ਕੋਲੇ ਠੀਕ ਆ ਇੱਕ ਤਾਰ ਹੈਗੀ ਆ ਦੇਖੋ ਆਹ ਹੈਗੀ 5 ਮੀਟਰ ਦੀ ਤਾਰ ਵੱਡੀ ਤਾਰ ਆ ਥੋੜ੍ਹੀ ਜ਼ਿਆਦਾ ਵੱਡੀ ਆ ਦੇਖੋ ਇੱਥੋਂ ਤੱਕ ਵੱਗੀ ਹੈ ਠੀਕ ਆ ਇਹ ਤਾਰ ਜਾਂਦੀ ਹੈ ਬੈਟਰੀ ਤੱਕ ਮੰਨ ਲਓ ਇਹ ਬੈਟਰੀ ਤੇ ਸਿੱਧੀ ਕਰੰਟ ਵਾਲੇ ਟਰਮੀਨਲ ਤੇ ਲੱਗ ਜੂ ਜਮਾਂ ਸੌਖਾ ਕੰਮ ਆ ਦੇਖੋ ਕੋਈ ਜੋੜ ਨਹੀਂ ਲਾਉਣਾ ਤੁਹਾਨੂੰ ਚੇਪੀ ਚੱਕਣ ਦੀ ਵੀ ਲੋੜ ਪੈਣੀ ਵੀ ਇੰਨਾ ਸੌਖਾ ਕੰਮ ਕਰਕੇ ਭੇਜਦੇ ਹਾਂ ਪੈਸੇ ਲੈਂਦੇ ਹੈਗੇ ਨਾ ਪੈਸਿਆਂ ਦਾ ਮੁੱਲ ਮੋੜ ਕੇ ਦਿੰਦੇ ਹਾਂ ਠੀਕ ਆ ਹੁਣ ਇਹ ਡੈਕ ਆਪਾਂ ਲਾਉਣੇ ਹੈਗੇ ਆਪਣਾ 27,800 ਰੁਪਏ ਦਾ ਡੈਕ ਦਿੰਦੇ ਹੈਗੇ ਠੀਕ ਆ ਇਹ 'ਚ ਤੁਹਾਨੂੰ ਆਹ ਸਾਰਾ ਤਾਰ ਪੈ ਰਹੇ ਇਸ ਨੂੰ ਟਨਾਲ ਦਿੰਦੇ ਹੈਗੇ ਅਤੇ ਇੱਕ ਆਹ ਪੇਟੀ ਦਿੰਦੇ ਹਾਂ ਇੱਕ ਆਹ ਪਲੇਅਰ ਦਿੰਦੇ ਹਾਂ ਜੇ ਆਹ ਭਾਈ ਟੂਲ ਲੈਣਾ ਗਾ ਨਾਲ ਆਹ ਚੀਜ਼ ਇਹ 950 ਰੁਪਇਆਂ ਦਾ ਆਰਡਰ ਦਿੰਦੇ ਹਾਂ ਇਹਦੇ ਵਿੱਚ ਪੈ ਜਾਂਦਾ ਇਹ ਗਾਹਕ ਦੀ ਚੋਇਸ ਆ ਲੈਣਾ ਜਾਂ ਲੈਣਾ ਉਹ ਅਗਲੇ ਦੀ ਮਰਜ਼ੀ ਹੁੰਦੀ ਹੈ ਨਾ ਨਾਲੇ ਤਾਂ ਦੇਖੋ ਤੁਸੀਂ ਰੇਟ ਦੱਸਦਾ ਆਪਾਂ ਸਾਰਾ ਰੇਟ ਨਾ ਵੀਰ ਬਣ ਕੇ ਫੋਨ 'ਤੇ ਪੁੱਛਿਆ ਕਰੋ ਵਾਰੀ ਵਾਰੀ ਹੈ ਨਾ ਵੀਡੀਓ 'ਚ ਦੇਖ ਲਿਆ ਕਰੋ ਆਹ ਤਾਰਾਂ ਦਾ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਵੀ ਮੈਨੂੰ ਨਹੀਂ ਲੱਗਦਾ ਕੋਈ ਅਗਲਾ ਤਾਰ ਨਾਲ ਦੇ ਦਿੰਦਾ ਹੋਊ ਮੈਂ ਇਹ ਨਹੀਂ ਕਹਿੰਦਾ ਵੀ ਤਾਰ ਨਹੀਂ ਦਿੰਦੇ ਉਹਨੇ ਨਾਲ ਪਰ ਇਸ ਲੋਟ ਬਾਬੇ ਪੱਕਾ ਕੰਮ ਕਰਕੇ ਬਹੁਤ ਘੱਟ ਦੁਕਾਨਦਾਰ ਦਿੰਦੇ ਆ ਮੈਂ ਦੇਖਿਆ ਕੋਈ ਬੰਦਾ ਕਿਤੋਂ ਲਿਆਉਂਦਾ ਕੋਈ ਕਿਤੋਂ ਲਿਆਉਂਦਾ ਹੈ ਨਾ ਠੀਕ ਆ ਆਹ ਮੋਗੇ ਮਾਗੇ ਤੋਂ ਲਿਆਉਂਦੇ ਸਾਡੇ ਏਰੀਏ ਸਸਤੇ ਜੇ ਡੈਕ ਉਹਦਾ ਬਾਬੇ ਉਹ ਡੱਕੇ ਨਹੀਂ ਦਿੰਦੇ ਨਾਲ ਇੱਥੇ ਲਾਉਣ ਵੇਲੇ ਮੱਚ ਜਾਂਦੇ ਬਹੁਤ ਬੰਦਿਆਂ ਦੇ ਹੁਣ ਤੁਸੀਂ ਆਹ ਦੇਖੋ ਸਿੱਧਾ ਤੁਸੀਂ ਬੈਟਰੀ ਤੇ ਧਰਨੀ ਹੈ ਜਾ ਕੇ ਤਾਰ ਤੁਹਾਨੂੰ 1% ਵੀ ਦਿੱਕਤ ਨਹੀਂ ਦੂਜੀ ਗੱਲ ਅਸੀਂ ਅਗਲੇ ਨੂੰ ਪੁੱਛਦੇ ਹਾਂ ਵੀ ਬਾਈ ਟਰੈਕਟਰ ਕਿਹੜਾ ਤੇਰੇ ਕੋਲ ਉਹ ਟਰੈਕਟਰ ਦੇ ਹਿਸਾਬ ਦੀ ਤਾਰ ਪਾ ਕੇ ਦਿੰਦੇ ਹਾਂ ਇਹ ਨਹੀਂ ਹੈਗਾ ਵੀ ਅਗਲੇ ਦੀ ਤਾਰ ਛੋਟੀ ਰਹਿ ਜੂ ਵੱਡੀ ਬਿਸ਼ੱਕ ਰਹਿ ਜੇ ਗਿੱਠ ਛੋਟੀ ਨਹੀਂ ਤਾਰ ਰਹਿੰਦੀ ਅਤੇ ਹੁਣ ਆਪਣੇ ਨਾਲ ਬਣੇ ਰਹੋ ਨੰਬਰ ਉੱਪਰ ਚੱਲੀ ਜਾਂਦੇ ਆ ਇਹਨਾਂ 'ਤੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਰਾਬਤਾ ਕਰ ਲਿਓ ਹੈ ਨਾ ਕੋਈ ਜਾਣਕਾਰੀ ਲੈਣੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਸਾਡੇ ਨਾਲ ਕਾਲ ਕਰ ਸਕਦੇ ਹੋ ਨਾ ਸਾਰਾ ਸਮਾਨ ਆਪਾਂ ਬਣਾਉਂਦੇ ਹੈਗੇ ਅਤੇ ਇਹ ਸਿਸਟਮ ਆ ਹੁਣ ਕੋਰੀਅਰ ਕਰਾ ਕੇ ਆਉਣਾ ਹੈ ਨਾ ਬਾਕੀ ਰੋਜ਼ ਹੀ ਜਾਈ ਜਾਂਦੇ ਬਾਬੇ ਸਿਸਟਮ ਦਾ ਅੱਜ ਮੈਨੂੰ ਨਾ ਕਈ ਬੰਦੇ ਫੋਨ ਆ ਜਾਂਦੇ ਵੀ ਯਾਰ ਬਾਈ ਯਾਰ ਫੀਟਿੰਗ ਤਾਰਾਂ ਨਾ ਗਲਤ ਲੱਗ ਜਾਣ ਮੈਂ ਚਲੋ ਆ ਵੀ ਵੀਡੀਓ ਬਣਾ ਕੇ ਦਿਖਾ ਦਈਏ ਵੀ ਅਸੀਂ ਭੇਜਦੇ ਕਿਵੇਂ ਚੀਜ਼ ਹੈ ਨਾ ਤੁਹਾਨੂੰ 1% ਤੁਹਾਨੂੰ ਚੇਪੀ ਅਤੇ ਪਲਾਸ ਚੱਕਣ ਦੀ ਤਾਂ ਲੋੜ ਹੀ ਨਹੀਂ ਪੈਂਦੀ ਆਪਣਾ ਡੈਕ ਸਿੱਧਾ ਲੱਗ ਜਾਓ ਜਿਵੇਂ ਭਾਵੇਂ ਦਾ ਉਹ ਜਮੈਂਟਰੀ 'ਚ ਚੀਜ਼ ਪਾਉਣੀ ਹੁੰਦੀ ਆ ਇਹ ਲੱਗ ਜੂ ਜਾ ਕੇ ਹੈ ਨਾ ਤੁਹਾਨੂੰ ਪਲਾਸ ਪੇਜ ਕਰ ਚੱਕਣ ਦੀ ਲੋੜ ਨਹੀਂ ਪੈਂਦੀ ਸਾਰਾ ਕੁਝ ਨਾਲ ਦਿੱਤਾ ਪਿਆ ਹੈਗਾ ਅਤੇ ਬਾਈ ਬਣ ਕੇ ਹੈ ਨਾ ਪਿਆਰ ਬਹੁਤ ਦੇ ਰਹੇ ਹੋਗੇ ਹੈ ਨਾ
ਤੇ ਫੋਨ ਉਹੀ ਕਰਿਆ ਕਰੋ ਜਿਹਨਾਂ ਨੇ ਸਿਸਟਮ ਲੈਣਾ ਹੁੰਦਾ ਨਾ ਸਵਾਦ ਵਾਲੇ ਨਾ ਵੀਰ ਬਣ ਕੇ ਫੋਨ ਕਰਿਆ ਕਰੋ ਬਿਜੀ ਬਹੁਤ ਹੁੰਦੇ ਸਾਡੇ ਕੋਲ ਟਾਈਮ ਬਹੁਤ ਘੱਟ ਹੁੰਦਾ ਗਾ ਤੇ ਬੁਕਿੰਗ ਤੇ ਸਿਸਟਮ ਮਿਲਦਾ ਤੇ ਹਾਂ ਮਾੜਾ ਫੋਨ ਕਰਕੇ ਪੁੱਛ ਲਓ ਕਈ ਵਾਰੀ ਤੁਰਤ ਵੀ ਦੇ ਦਿੰਦੇ ਕਈ ਵਾਰੀ ਰੇਲਾ ਹੁੰਦਾ ਕੰਮ ਐ ਨਹੀਂ ਪਤਾ ਜਿੱਦੇ ਬੰਦਾ ਫੋਨ ਕਰਦਾ ਉੱਤੇ ਵੀ ਚੁਕਾ ਸਕਦਾ ਮੌਕੇ ਦੀ ਗੱਲ ਹੁੰਦੀ ਆ ਚਲੋ ਬਣੇ ਰਹੋ ਅੱਗੇ ਦੇਖੋ ਵੀਡੀਓ ਤੇ ਮੇਨ ਗੱਲ ਬਾਬੇ ਹਨਾ ਇਕੱਲੇ ਤਾਰਾਂ ਦਾ ਇਹ ਨਹੀਂ ਹੈਗਾ ਵੀ ਹਨਾ ਤੁਹਾਨੂੰ ਮੰਨ ਲਾ ਵੀ ਆਪਾਂ ਸਲੀਪਾਂ ਸਲੂਪਾਂ ਚਾੜ ਕੇ ਤਾਰਾਂ ਪਾ ਕੇ ਦੇਤੀਆਂ ਤੇ ਤਾਰਾਂ ਦੀ ਨਿਸ਼ਾਨੀ ਵੀ ਆ ਵੱਡੀ ਛੋਟੀ ਤਾਂ ਚਲੋ ਤਾਰ ਹੈਗੀ ਜਿਹੜੀ ਛੋਟੀ ਅਰਥ ਵਾਲੀ ਆ ਵੱਡੀ ਕਰੰਟ ਵਾਲੀ ਆ ਜਿਹੜੀ ਲਾਲ ਟੇਪ ਰੋਲ ਲੱਗੀ ਆ ਉਹ ਤਾਂ ਕਰੰਟ ਤੇ ਲੱਗੂ ਜਾਣੀ ਕਿ 12 ਵੋਲਟ ਜਿਹੜੀ ਤੇ ਲੀਲੀ ਟੇਪ ਰੋਲ ਲੱਗੀ ਆ ਉਹ ਅਰਥ ਤੇ ਲੱਗੂਗੀ ਠੀਕ ਆ ਵੀ ਐਦੂ ਸੌਖਾ ਕੰਮ ਕੋਈ ਨਹੀਂ ਕਰਕੇ ਦੇ ਸਕਦਾ ਤੇ ਬਾਕੀ ਆ ਆਪਣੇ ਨੰਬਰ ਆ ਗਏ ਠੀਕ ਆ ਸਕਰੀਨ ਤੇ ਵੀ ਚੱਲਦੇ ਆਉਂਦਾ ਤੁਸੀਂ ਸਕਰੀਨਸ਼ਾਟ ਮਾਰ ਲਓ ਬੁਕਿੰਗ ਕਰਾਓ ਤੇ ਸਿਸਟਮ ਤੁਹਾਨੂੰ ਇਦੋਂ ਵੀ ਚੰਗੇ ਬਣਾ ਕੇ ਦੇਵਾਂਗੇ ਆਪਦੇ ਬੰਨਿਓ ਆਹ ਕੰਮ ਕਾਰ ਚੱਲੀ ਜਾਂਦਾ ਰਹਿੰਦਾ ਸਾਰਾ ਬੂਫਰ ਵਾਫਰ ਆਪ ਬਣਾਉਂਦੇ ਆਪਾਂ ਦੇਖੋ ਸਾਰੇ ਏ ਟੂ ਜੈਡ ਚੀਜ਼ਾਂ ਆਪ ਬਣਾਉਂਦੇ ਆਹ ਇਕੱਲਾ ਇਕੱਲਾ ਇਹਦਾ ਸਪੇਅਰ ਪਾਰਟ ਜੋੜ ਕੇ ਅਤੇ ਇੱਧਰ 12 ਇੰਚੀ ਦਾ ਮਾੜਾ ਜਿਹਾ ਵਰਕ ਹੋਇਆ ਪਿਆ ਲੱਗੇ ਪਿਆ ਯਾਨੀ ਕਿ ਸਾਰੀ ਚੀਜ਼ਾਂ ਆਪ ਬਣਾ ਕੇ ਦਿਖਾਉਂਦੇ ਆਹ 12 ਇੰਚੀ 8 ਸਪੀਕਰ ਵਾਲਾ ਪਿਆ ਹੈਗਾ ਠੀਕ ਹੈ ਇਹ ਲਵਾਉਣਾ ਇਹ ਲਵਾ ਸਕਦੇ ਹੋ ਕੋਈ ਇਹ 19,800 ਰੁਪਏ ਦਾ ਵੀ ਸਾਰੇ ਸੈੱਟ ਤਿਆਰ ਹੁੰਦੇ ਹੈਗੇ ਆਪਣੇ ਕੋਲ ਹੁੰਦੇ ਬੁਕਿੰਗ 'ਤੇ ਆ ਲਓ ਬਾਬਿਓ ਰੱਖ ਕੇ ਆਉਂਦੇ ਹੁਣ ਇਹਨੂੰ ਆਪਾਂ ਕੋਰੀਅਰ ਸੈਂਟਰ 'ਚ ਮਾਨਸਾ ਆਪਾਂ ਤੋਂ ਇੱਥੋਂ ਜਾਣਾ ਪਊਗਾ ਆਪਾਂ ਨੂੰ 30-35 ਕਿਲੋਮੀਟਰ ਕਿਉਂ ਸੇਵਕਾ ਸੇਵਕ ਜਾਂਦਾ ਨਹੀਂ ਨਾਲ ਇਕੱਲੇ ਨਹੀਂ ਜਾਣਾ ਪਊਗਾ ਆਹ ਲੂਨਾ ਖੜੀ ਆਪਣੀ ਲੈ ਰੱਖ ਦੇ ਮੂਹਰਲੀ ਟਾਕੀ ਖੁੱਲ੍ਹੀ ਇਹਨੂੰ ਮੂਹਰੇ ਰੱਖ ਦੇ ਗਾਗਨ ਇਕੱਲਾ ਚੱਕ ਲਈਏ ਪੇਟੀ ਹੈਂ ਚੱਕ ਲਾ ਤੈਨੂੰ ਬਹੁਤਾ ਪ੍ਰੋਟੀਨ ਦਾ ਡੱਬਾ ਦੇ ਦਾਂਗੇ ਇੱਕ ਹੈਂ ਹਾਂ ਪਾਸ ਥੱਲੇ ਹਾਂ ਸਟਿੱਕਰਾਂ ਵਾਲਾ ਚਲੋ 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 ਜੀ ਗਾਗਨ ਜੀ ਗਾਗਨ ਨੂੰ ਕਿੱਧਰ ਤੂੰ ਜਾ ਯਾਰ ਉੱਧਰ ਇਹਨੂੰ ਭੇਤ ਨਹੀਂ ਹੈਗਾ ਵੜ ਜਾ ਵਿੱਚ ਵੜਨਾ ਪਊ ਪਾ ਪਰਲੇ ਪਾਸੇ ਟੱਪ ਜੀ ਲੋਕਣ ਮਚੀਚੀ ਖੇਡਣਾ ਪੈਂਦਾ ਇਹਨਾਂ ਨਾਲ ਚੱਲ 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 ਸੇਵ ਕੇ ਸਿਹਾਰ ਵਾਲਾ ਹੈ ਨਾ ਕਹਿੰਦਾ ਪਰਲੇ ਪਾਸੇ ਤੂੰ ਹੋ ਜਾ ਹਾਂ ਪਤਲਾ ਤਾਂ ਕਾਹਨੂੰ ਹਾਂ ਠੀਕ ਆ ਤਾਂ ਗਾਗਨ ਬੰਦਾ ਨਰਮ ਆਖੇ ਲੱਗ ਗਿਆ ਕਿ ਨਹੀਂ ਗਾਗਨ ਉਹ ਫਸ ਗਿਆ ਬਿੱਲੇ ਵਾਂਗੂ ਵਜਿਆ ਬੈਠਾ ਵਿੱਚ